ਹਾਂਜੀ ਬਾਈ ਜੀ ਸਤ ਸ੍ਰੀ ਅਕਾਲ ਜੀ ਬਾਈ ਜੀ ਇੱਕ ਹੱਥ ਬਨ ਕੇ ਬੇਨਤੀ ਆ ਵੀ ਕਿਸੇ ਵੀ ਅਫਾਹਾਂ ਦੇ ਉੱਤੇ ਯਕੀਨ ਨਾ ਕਰਿਆ ਕਰੋ ਕਿਉਂਕਿ ਦੁਨੀਆ ਬਹੁਤ ਪੈੜੀ ਤੋਂ ਪੈੜੀ ਆ ਅੱਜ ਦੇ ਯੁੱਗ ਦੇ ਵਿੱਚ ਆਪਾਂ ਕੁਝ ਵੀ ਕਰ ਸਕਦੇ ਆ ਇੱਕ ਵੀਡੀਓ ਵਾਇਰਲ ਹੋ ਰਹੀ ਆ ਬੜੇ ਭਰਾਵਾਂ ਦੇ ਮੈਨੂੰ ਫੋਨ ਵੀ ਆਏ ਤੇ ਮੈਸੇਜ ਵੀ ਆਏ ਤੇ ਉਹ ਵੀਡੀਓ ਕਹਿ ਰਹੇ ਨੇ ਕਿ ਕਿਸੇ ਨੇ ਕਮੈਂਟ ਕਰਿਆ ਸੀ ਬਾਈ ਦੀ ਪੁਰਾਣੀ ਵੀਡੀਓ ਦੇ ਉੱਤੇ ਲਾਈਵ ਦੇ ਉੱਤੇ ਵੀ 29 5 2022 ਦੇ ਵਿੱਚ ਤਰੀ ਡੈਥ ਹੋ ਗਈ ਯਾਰ ਇਦਾਂ ਦੇ ਕਿਉਂ ਯਾਰ ਦਿਲ ਦੇ ਉੱਤੇ ਸੱਟਾਂ ਮਾਰਦੇ ਹੋ ਯਾਰ ਉਹ ਇੱਕ ਬੇਵਸ ਮਾਂ ਬੇਵਸ ਪਿਤਾ ਨੂੰ ਪੁੱਛੋ ਨਾ ਵੀ ਉਹਨਾਂ ਦੇ ਦਿਲ ਤੇ ਕੀ ਵੀਤਦੀ ਹੈ ਤੁਸੀਂ ਵਾਰ-ਵਾਰ ਵਾਰ-ਵਾਰ ਦਿਲ ਦੇ ਉੱਤੇ ਸੱਟਾਂ ਮਾਰਦੇ ਹੋ ਯਾਰ ਦੁੱਖ ਪਹੁੰਚਾਉਂਦੇ ਹੋ ਯਾਰ ਇਹ ਗੱਲਾਂ ਸੋਭਾ ਨਹੀਂ ਦਿੰਦੀਆਂ ਹੁੰਦੀਆਂ ਯਾਰ ਐਮੀ ਬਿਨ ਗੱਲ ਤੋਂ ਚੱਕ ਕੇ ਤਾਲੂਏ ਨਾਲ ਜੀਬ ਲਾ ਦੇਣੀ ਇਹ ਚੰਗੀ ਗੱਲ ਨਹੀਂ ਹੁੰਦੀ 7-8 ਕੋਲੋਂ ਤਾਂ ਵੀਰ ਜੀ ਮੈਨੂੰ ਆ ਗਏ ਆ ਤੇ ਐਂ ਨਹੀਂ ਪਤਾ ਕਿ ਪਰਿਵਾਰ ਕੋਲੇ ਕਿੰਨੇ ਕੁ ਮੈਸੇਜ ਆਏ ਹੋਣਗੇ ਕਿਉਂ ਯਾਰ ਝਖਮਾਂ ਦੇ ਉੱਤੇ ਨੂਨ ਪੁੱਕਦੇ ਹੋ ਤੁਸੀਂ ਯਾਰ ਬਿਨ ਗੱਲ ਦੇ ਉੱਤੋਂ ਤਜਮੌਲ ਦੀ ਦਾ ਜਮਾਨਾ ਆਪਾਂ ਕੁਝ ਵੀ ਕਰ ਸਕਦੇ ਹਾਂ ਕਿਸੇ ਦੇ ਚਿਹਰੇ ਤੇ ਚਿਹਰਾ ਵੀ ਲਾ ਸਕਦੇ ਹਾਂ ਬਾਈ ਦੇ ਗੀਤ ਦੇਖੋ ਕਿੰਨੇ ਗੀਤ ਜੋ ਹੋਰ ਗੀਤਾਂ ਦੀ ਕਿਸੇ ਦੇ ਗੀਤਾਂ ਦੇ ਵਿੱਚ ਆਵਾਜ਼ ਲੈਤੀ ਹੋਈ ਹੈ ਬਾਈ ਦੀ ਕੰਪਿਊਟਰ ਨਾਲ ਬਣਾ ਕੇ ਉਹ ਵੀ ਚੱਲ ਰਹੀ ਹੈ ਨਾ ਏਕ ਯਾਰ ਐਮੀ ਵੀਡੀਓ ਪਾ ਕੀ ਐਮੀ ਦਿਲਾਂ ਨੂੰ ਬਲੁੰਦਰਣਾ ਇਹ ਕੋਈ ਚੰਗੀ ਗੱਲ ਨਹੀਂ ਹੁੰਦੀ ਹਜੇ ਤੱਕ ਪਰਿਵਾਰ ਕੀ ਪ ਬਾਈ ਦੇ ਯਾਰ ਦੋਸਤ ਪਰਿਵਾਰ ਸੀ ਬਾਈ ਦਾ ਬਹੁਤ ਵੱਡਾ ਪਰਿਵਾਰ ਸੀ ਬਾਈ ਦਾ ਜਿਹੜੇ ਬਾਈ ਦੇ ਨਾਲ ਖੜੇ ਸੀ ਅੱਜ ਤੱਕ ਉਹ ਅੱਜ ਤੱਕ ਵੀ ਸਦਮੇ ਵਿੱਚੋਂ ਨਹੀਂ ਨਿਕਲ ਸਕਦੇ ਕਿਉਂਕਿ ਪਤਾ ਵੀ ਕਿੱਡਾ ਘਾਟਾ ਸਾਨੂੰ ਪਿਆ ਹੋਇਆ ਸਭ ਤੋਂ ਵੱਡਾ ਪਰਿਵਾਰ ਨੂੰ ਘਾਟਾ ਉਦੋਂ ਬਾਅਦ ਸਾਨੂੰ ਘਾਟਾ ਐਮੀ ਬਿੰਨ ਗੱਲ ਦੇ ਉੱਤੋਂ ਬਿੰਨ ਗੱਲ ਦੇ ਉੱਤੋਂ ਯਾਰ ਤੁਸੀਂ ਹਰ ਇੱਕ ਚੀਜ਼ਾਂ ਦੇ ਉੱਤੇ ਧਿਆਨ ਭੜਕਾ ਕੇ ਹੋਰ ਪਾਸੇ ਲੈ ਜਾਣਾ ਚਾਹੁੰਦੇ ਹੋ ਇਹ ਗੱਲਾਂ ਸੋਭਾ ਨਹੀਂ ਦਿੰਦੀਆਂ ਹੁੰਦੀਆਂ ਵੀਰ ਮੇਰੇ ਉਹ ਹੱਥ ਬੰਨ ਕੇ ਬੇਨਤੀ ਆ ਇਹ ਜੀਆਂ ਫਾਹਾਂ ਤੇ ਤੁਸੀਂ ਯਕੀਨ ਨਾ ਕਰਾ ਕਰੋ ਇੱਕ ਉਹ ਮੇਰੇ ਭਰਾ ਨੂੰ ਵੀ ਕਹਿਣਾਗਾ ਜਿਹੜਾ ਮੇਰੇ ਵੀਰ ਨੇ ਵੀਡੀਓ ਪਾਈ ਆ ਵੀ ਯਾਰ ਇਹ ਗੱਲਾਂ ਸੋਭਾ ਨਹੀਂ ਦਿੰਦੀਆਂ ਹੁੰਦੀਆਂ ਵੀਰ ਮੇਰੇ ਵੀਡੀਓ ਪਾ ਲਾ ਹੋਰ ਬਾਈ ਦੇ ਨਾਮ ਲੈ ਕੇ ਜਿੰਨੇ ਮਰਜ਼ੀ ਪਾ ਲੋ ਪਰ ਇਦਾਂ ਦੀਆਂ ਗੱਲਾਂ ਨਾ ਕਰਾ ਕਰੋ ਯਾਰ ਵੀ ਆ ਕਿਸੇ ਨੇ ਪਹਿਲਾਂ ਕਮੈਂਟ ਕਰਤਾ ਸੀ ਬਿਲਕੁਲ ਸੱਚੀ ਵੀਡੀਓ ਯਾਰ ਜੇ ਵੀਡੀਓ ਸੱਚੀ ਹੁੰਦੀਆਂ ਨਾ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਹੁੰਦੀ ਮੇਰੀ ਇਹੀ ਹੱਥ ਬਨ ਕੇ ਬੇਨਤੀ ਹੈ ਭਾਈ ਜੀ ਜਿਸ ਵੀ ਮੇਰੇ ਭਰਾ ਨੇ ਵੀਡੀਓ ਪਾਈ ਆ ਯਾਰ ਇਦਾਂ ਨਾ ਕਰਾ ਕਰੋ ਮੇਰੇ ਭਰਾਓ ਕਿਉਂਕਿ ਛੋਟੀ ਛੋਟੀ ਗੱਲ ਦੀ ਨਾ ਮਾਤਾ ਜੀ ਤੇ ਅੰਕਲ ਜੀ ਨੂੰ ਐਨੀ ਕਿ ਠੇਸ ਲੱਗਦੀ ਆ ਵੀ ਜਿੰਨੀ ਵੀ ਕਹਿ ਦੋ ਕਿਉਂਕਿ ਉਹਨਾਂ ਤੋਂ ਇੱਕ ਕੋਹਨੀਰ ਕੋਹਨੋਰ ਹੀਰਾ ਵਿਛੜਿਆ ਤੇ ਸਾਥੋਂ ਵੀ ਸਾਡਾ ਭਰਾ ਵਿਛੜਿਆ ਹੋਇਆ ਇਦਾਂ ਨਾ ਕਰਾ ਕਰੋ ਮੇਰੇ ਵੀਰ ਜੀ